ਪੰਜਾਬ ਸੋਹਣਾ ਫੁੱਲ ਗੁਲਾਬ ਕਿੱਥੇ ਗਿਆ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨਪ੍ਰੀਤ ਕੌਰ ਅੱਜ ਤੁਹਾਡੇ ਸਾਹਮਣੇ ਚੰਡੀਗੜ੍ਹ ਪੰਜਾਬੀ ਮੰਚ ਦੇ ਉੱਪਰ ਕੁਛ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਪੰਜਾਬ 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 ਕਿੱਥੇ ਗਿਆ ਪੰਜਾਬ ਇਹ ਮੈਨੂੰ ਤਾਂ ਦਿਖਦਾ ਨਹੀਂ ਹੈ ਮੈਂ ਤਾਂ ਹਰ ਜਗ੍ਹਾ 17 ਸੈਕਟਰ ਦਿਖਦਾ ਜਾਂ 18 ਸੈਕਟਰ ਇਹ ਕਿੱਥੇ ਗਿਆ ਪੰਜਾਬ ਜਿਹੜੇ 27-28 ਪਿੰਡ ਇਸ ਪੰਜਾਬ ਇਸ ਚੰਡੀਗੜ੍ਹ ਵਾਸਤੇ ਉਜਾੜੇ ਨੇ ਕੀ ਉਹਨਾਂ ਦਾ ਕੋਈ ਮਾਇਨਾ ਨਹੀਂ ਹੈ ਜਿਹੜੇ ਮੈਨੂੰ ਹਜੇ ਵੀ ਯਾਦ ਆਉਂਦੇ ਨੇ ਉਹ ਪਿੰਡ ਕਿੱਥੇ ਗਏ ਕੋਈ ਆ ਨਹੀਂ ਚਾਹੁੰਦਾ ਕਿ ਅਸੀਂ ਨੂੰ ਪੰਜਾਬੀ ਆਵੇ ਸਾਰੇ ਚਾਹੁੰਦੇ ਨੇ ਸਾਨੂੰ ਅੰਗਰੇਜ਼ੀ ਆਵੇ ਜਾਂ ਹਿੰਦੀ ਆਵੇ ਜੇ ਕਿਸੇ ਬੱਚੇ ਦੀ ਐਡਮਿਸ਼ਨ ਕਰਵਾਉਣ ਜਾਣਾ ਹੁੰਦਾ ਤਾਂ ਸਾਰੇ ਤੋਂ ਪਹਿਲਾਂ ਟੀਚਰ ਪੁੱਛਦੇ ਆ ਅੰਗਰੇਜ਼ੀ 'ਚ ਕਿੰਨੇ CGP ਆਏ ਕੋਈ ਇਹ ਨਹੀਂ ਪੁੱਛਦਾ ਪੰਜਾਬੀ 'ਚ ਕਿੰਨੇ ਆਏ ਪੰਜਾਬ ਜਿਹੜਾ ਸਾਡਾ ਮਾਣ ਸਨਮਾਨ ਹੈ ਸਭ ਦੀ ਆਪਣੀ ਆਪਣੀ ਬੋਲੀ ਹੁੰਦੀ ਹੈ ਪਰ ਪੰਜਾਬ ਜਿਹੜੀ ਸਾਡੀ ਬੋਲੀ ਹੈ ਉਹਨੂੰ ਤਾਂ ਅਸੀਂ ਭੁੱਲ ਕੇ ਬੈਠੇ ਨੇ ਇਹ ਕਿਉਂ ਹੈ ਲੋਕ ਆਪਣੀ ਬੋਲੀ ਕਾਰਨ ਸਭ ਤੋਂ ਪਹਿਲਾਂ ਹੁੰਦੇ ਨੇ ਅਸੀਂ ਆਪਣੀ ਬੋਲੀ ਕਾਰਨ ਸਭ ਤੋਂ ਪਿੱਛੇ ਨੇ ਸਾਨੂੰ ਅੱਜ ਆਹ ਪਤਾ ਹੈ ਕਿ ਕਿਹੜਾ ਗਾਣਾ ਸਭ ਤੋਂ ਪਹਿਲਾਂ ਹਿੱਟ ਹੋਇਆ ਹੈ ਕਿਹੜਾ ਬਾਅਦ 'ਚ ਆਹ ਨਹੀਂ ਪਤਾ ਸਾਡੇ 10 ਗੁਰੂ ਸਾਹਿਬਾਨ ਕੌਣ ਨੇ ਤੇ ਸਾਡੀ ਪੰਜਾਬੀ ਮਾਂ ਬੋਲੀ ਦੇ ਅੱਖਰ ਕਿਹੜੇ ਨੇ ਸਾਡੇ ਗੁਰੂਆਂ ਨੇ ਜਿਹੜੇ 4 ਸਾਹਿਬਜ਼ਾਦੇ ਆਪਣੇ ਵਾਸਤੇ ਵਿਸਾਰ ਦਿੱਤੇ ਨੇ ਉਹਦੇ ਕੋਈ ਮਾਇਨੇ ਨਹੀਂ ਹੈ ਖੂਨ ਉਹਦਾ ਮਾਇਨੇ ਹੈ ਸਾਡੇ ਲਈ ਖੂਨ ਸਾਡੇ 4 ਸਾਹਿਬਜ਼ਾਦਿਆਂ ਦਾ ਖੂਨ ਅੱਜ ਵੀ ਸਾਡੇ ਵਿੱਚ ਬਹੁਤ ਹੈ ਸਾਨੂੰ ਆਪਣੇ ਪੰਜਾਬ ਦਾ ਗਿਰਵੀ ਖੂਨ ਬਚਾਉਣਾ ਚਾਹੀਦਾ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬੋਲਿਆ 4 ਵਾਰ ਦੀਆਂ ਸੁੱਕਾ ਹੁਆ ਜੀਵਤ ਕਹੀਂ ਹਜ਼ਾਰ ਕਹਾਂ ਹੈ ਉਹ ਹਜ਼ਾਰ ਕਿੱਥੇ ਨੇ ਮੈਨੂੰ ਤਾਂ ਦਿਖਦਾ ਨਹੀਂ ਹੈ ਇੱਥੇ ਤਾਂ ਸਿਰਫ ਅੰਗਰੇਜ਼ੀ ਦੇ ਹੀ ਨਾਰੇ ਲੱਗਦੇ ਨੇ ਕਿਉਂ ਹੈ ਇੱਕ ਗੱਲ ਮੈਂ ਸਰਕਾਰ ਦੇ ਕੰਨਾਂ ਦੇ ਵਿੱਚ ਬੋਲਣਾ ਚਾਹੁੰਦੀ ਹਾਂ ਜੇ ਸਰਕਾਰ ਸਾਡੀ ਮੰਗ ਪੂਰੀ ਨਹੀਂ ਕਰ ਸਕਦਾ ਸਾਨੂੰ ਵੀ ਅੱਗੇ ਕਿਸ ਤਰ੍ਹਾਂ ਆਪਣੀ ਮੰਗ ਪੂਰੀ ਹੋਣੀ ਚਾਹੀਦੀ ਹੈ ਸਾਨੂੰ ਵੀ ਪਤਾ ਹੈ ਸਾਨੂੰ ਆਪਣੀ ਆਪਣੀ ਪੰਜਾਬੀ ਪਿਆਰੀ ਹੈ ਸਾਨੂੰ ਵੀ ਆਪਣੀ ਪੰਜਾਬੀ ਦਿਲੋਂ ਵੱਧ ਪਿਆਰੀ ਹੈ ਜਾਨ ਦੇਣ ਨੂੰ ਭਾਵੇਂ ਸੂਲੀ ਚੜਾ ਦੋ ਚੜ ਜੂਗੇ ਪਰ ਆਪਣੀ ਪੰਜਾਬੀ ਨੂੰ ਫੇਰਾ ਜਾਨ ਕਰੋ ਸਾਡੀ ਪਹਿਚਾਨ ਹੁੰਦੀ ਹੈ ਸਾਡੀ ਮਾਂ ਤੇ ਜਿਹੜੀ ਸਾਡੀ ਮਾਂ ਬੋਲੀ ਹੈ ਇੱਕ ਮਾਂ ਹੁੰਦੀ ਹੈ ਸਾਨੂੰ ਜਨਮ ਦੇਣ ਵਾਲੀ ਤੇ ਇੱਕ ਮਾਂ ਹੁੰਦੀ ਹੈ ਸਾਨੂੰ ਪਹਿਚਾਨ ਦੇਣ ਵਾਲੀ ਉਹ ਦੋਨੋਂ ਮਾਵਾਂ ਤੋਂ ਸਭ ਤੋਂ ਪਹਿਲੀ ਮਾਂ ਹੈ ਸਾਡੀ ਮਾਂ ਜਿਹਨੇ ਸਾਨੂੰ ਜੰਮਿਆ ਤੇ ਦੂਜੀ ਮਾਂ ਜਿਹੜੀ ਪੰਜਾਬੀ ਹੈ ਜਿਹਨੇ ਸਾਨੂੰ ਆਪਣੀ ਪਹਿਚਾਨ ਦਿੱਤੀ ਜਿਹਨੇ ਸਾਰੀ ਦੁਨੀਆ ਵਿੱਚ ਸਾਡਾ ਨਾਂ ਰੋਸ਼ਨ ਕੀਤਾ ਕਿ ਹਾਂ ਅਸੀਂ ਆ ਪੰਜਾਬੀ ਚਾਹੇ ਪੂਰੇ ਦੇਸ਼ਾਂ ਵਿੱਚ ਚੱਲ ਜਾਓ ਸਭ ਆਪਣੀ ਪੰਜਾਬੀ ਬੋਲਦੇ ਨੇ ਪਰ ਸਾਡੇ ਦੇਸ਼ ਜਗ ਦੇਖ ਲਓ ਕੋਈ ਪੰਜਾਬੀ ਨਹੀਂ ਬੋਲਦਾ ਸਭ ਨੂੰ ਅੰਗਰੇਜ਼ੀ ਪਿਆਰੀ ਹੈ ਚਾਹੇ ਟੁੱਟੀ ਫੁੱਟੀ ਕਿਉਂ ਨਾ ਆਉਂਦੀ ਹੋਵੇ ਆ ਨਹੀਂ ਪਤਾ ਕਿ ਪੰਜਾਬੀ ਕਿਸ ਤਰ੍ਹਾਂ ਬੋਲਣੀ ਹੁੰਦੀ ਹੈ ਤੇ ਕਿਸ ਤਰ੍ਹਾਂ ਨਹੀਂ ਸਰਕਾਰ ਸੁਣ ਲਓ ਕੰਨ ਖੋਲ ਕੇ ਸਾਡੀ ਮੰਗ ਪੂਰੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.